ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮਹਿੰਦਰਪਾਲ ਸਿੰਘ, ਪਾਰਲੀ ਮਾਨੀ ਸੈਕਟਰੀ, ਮਨਿਸਟਰੀ ਆਫ ਹਿਊਮਨ ਰਾਈਟਸ, ਪੰਜਾਬ, ਪਾਕਿਸਤਾਨ। ਪਿਛਲੇ ਦਿਨਾਂ ਜੋ ਅਫਗਾਨਿਸਤਾਨ ਦੇ ਵਿੱਚ ਇੱਕ ਦਹਿਸ਼ਤਗਰਦੀ ਦਾ ਵਾਕਿਆ ਗੁਰਦੁਆਰਾ ਸਾਹਿਬ ਵਿਖੇ ਹੋਇਆ, ਜਿਹਦੇ ਵਿੱਚ ਕਈ ਸਿੰਘ ਸਾਡੇ ਸ਼ਹੀਦ ਹੋਏ, ਉਹਦੀ ਮੈਂ ਪਹਿਲੇ ਵੀ ਮਜ਼ੰਮਤ ਕੀਤੀ ਸੀ ਅਤੇ ਮੈਂ ਹੁਣ ਵੀ ਉਹਦੀ ਮਜ਼ੰਮਤ ਕਰਨਾ। ਲੇਕਿਨ ਇਹ ਵੀ ਸਾਰੀ ਦੁਨੀਆ ਜਾਣਦੀ ਹੈ ਕਿ ਉਹ ਕਿਉਂ ਹੋਇਆ। ਉਹ ਸਿਰਫ ਸਿੱਖ ਔਰ ਮੁਸਲਮਾਨਾਂ ਦੀ ਦੋਸਤੀ ਨੂੰ ਕਮਜ਼ੋਰ ਕਰਨ ਵਾਸਤੇ ਉਹ ਕੋਸ਼ਿਸ਼ ਕੀਤੀ ਗਈ। ਉਹਦਾ ਸਿਆਸੀ ਫਾਇਦਾ ਕਿਸ ਦੇਸ਼ ਨੂੰ ਹੋਇਆ ਉਹ ਵੀ ਪੂਰੀ ਦੁਨੀਆ ਜਾਣਦੀ ਹੈ। ਮੈਂ ਇਸ ਡਿਟੇਲ ਵਿੱਚ ਨਹੀਂ ਜਾਵਾਂਗਾ, ਪਰ ਮੈਂ ਇਹ ਜ਼ਰੂਰ ਚਾਹਾਂਗਾ ਕਿ ਅਗਰ ਅਫਗਾਨਿਸਤਾਨ ਦੇ ਵਿੱਚ ਸਿੱਖ ਸੰਗਤਾਂ ਨੂੰ ਉੱਥੇ ਤਕਲੀਫ ਹੈ, ਉੱਥੇ ਰਹਿਣ ਦੇ ਵਿੱਚ ਪ੍ਰੋਬਲਮ ਹੈ, ਤਾਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਵੇਂ ਅਫਗਾਨਿਸਤਾਨ 'ਚ ਪਹਿਲੇ ਮੁਸਲਮਾਨਾਂ ਨੂੰ ਤਕਲੀਫ ਹੋਈ, ਉਹ ਪਾਕਿਸਤਾਨ 'ਚ ਆਏ, ਪਾਕਿਸਤਾਨ ਨੇ ਉਹਨਾਂ ਨੂੰ ਉਹਨਾਂ ਦੀ ਮਹਿਮਾਨ ਨਵਾਜ਼ੀ ਕੀਤੀ, ਪਾਕਿਸਤਾਨ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਫੈਸਿਲੀਟੇਟ ਕੀਤਾ। ਹੁਣ ਅਗਰ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਨੂੰ ਵੀ ਪ੍ਰੋਬਲਮ ਹੈ, ਤਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਔਰ ਗਵਰਨਮੈਂਟ ਆਫ ਪਾਕਿਸਤਾਨ ਨੂੰ ਬੇਨਤੀ ਕਰਾਂਗਾ ਕਿ ਉਹ ਅਫਗਾਨੀ ਸਿੱਖਾਂ ਨੂੰ ਪਾਕਿਸਤਾਨ ਵਿੱਚ ਲੈ ਆਉਣ ਔਰ ਉਹਨਾਂ ਨੂੰ ਪੂਰੀ ਤਰ੍ਹਾਂ ਫੈਸਿਲੀਟੇਟ ਕਰਨ, ਜਿਵੇਂ ਅਸੀਂ ਅਫਗਾਨੀ ਮੁਸਲਮਾਨਾਂ ਨੂੰ ਵੀ ਫੈਸਿਲੀਟੇਟ ਕੀਤਾ। ਅਸੀਂ ਮੁਸਲਮਾਨ ਔਰ ਸਿੱਖ ਦੋਸਤ ਸੀ, ਗੁਰੂ ਨਾਨਕ ਦੇਵ ਜੀ ਦੇ ਦੌਰ ਤੋਂ ਦੋਸਤ ਸੀ, ਗੁਰੂ ਗੋਬਿੰਦ ਸਿੰਘ ਜੀ ਦੇ ਦੌਰ ਤੱਕ ਦੋਸਤ ਰਹੇ ਹਾਂ ਔਰ ਹੁਣ ਵੀ ਅਸੀਂ ਦੋਸਤ ਰਵਾਂਗੇ। ਅਸੀਂ ਇੱਕ ਆਪਣੀ ਦੋਸਤੀ ਨੂੰ ਬਰਕਰਾਰ ਰੱਖਣ ਵਾਸਤੇ ਇੱਕ ਦੂਸਰੇ ਦੀ ਮਦਦ ਕਰਾਂਗੇ ਔਰ ਇਸੇ ਤਰ੍ਹਾਂ ਹੀ ਅਸੀਂ ਅੱਗੇ ਵਧਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਊਦੀ ਅਰਬ ਰਿਆਜ਼, ਭਤਾ ਨਜ਼, ਕੈਰਲਾ ਮਾਰਕੀਟ, ਸਫਾ ਮੱਕਾ ਹਸਪਤਾਲ ਕੇ ਕਰੀਬ ਹਸ਼ਾਮ ਓਕਲਾ ਫਾਰਮੇਸੀ ਆਪਕੀ ਖਿਦਮਤ ਮੇ ਪੇਸ਼। ਹਰ ਕਿਸਮ ਕੀ ਮਿਆਰੀ ਮੈਡੀਸਨ ਪਰ 10% ਡਿਸਕਾਊਂਟ ਹਾਸਿਲ ਕੀਜੀਏ। ਰਾਬਤੇ ਕੇ ਲੀਏ 2766556। ਬਿਹਤਰੀਨ ਮੈਡੀਸਨ ਕਾ ਮਰਕਜ਼ ਦਾਰੁਲ ਹਕੂਮਤ ਅਰਿਆਜ਼ ਮੇ ਖਾਨ ਟ੍ਰੈਵਲ ਐਂਡ ਕਾਰਗੋ ਸਰਵਿਸ ਆਪਕੀ ਖਿਦਮਤ ਮੇ ਪੇਸ਼। ਆਪਣਾ ਕੀਮਤੀ ਸਮਾਨ ਆਪਣੇ ਪਿਆਰੋ ਤੱਕ ਪਹੁੰਚਾਨੇ ਕੇ ਲੀਏ ਕਾਬਲ ਇਤਮਾਦ ਇਦਾਰਾ ਖਾਨ ਟ੍ਰੈਵਲ ਐਂਡ ਕਾਰਗੋ ਸਰਵਿਸ ਸੇ ਰਾਬਤਾ ਕਰੇ 0597763345 0114763016।